ਆ ਹੁਣ ਕਈ ਗੁਰੂ ਪਿਆਰਿਆਂ ਦਾ ਸਵਾਲ ਹੈ ਕਿ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ ਚਾਹੀਦਾ ਹੈ ਜਾਂ ਨਹੀਂ। ਨਿਸ਼ਾਨ ਸਾਹਿਬ ਦੇ ਸਿਰੇ ਤੇ ਸ਼ਸਤਰ ਹੀ ਹੈ, ਅਸੀਂ ਕਿਹਨੂੰ ਮੱਥਾ ਟੇਕਦੇ ਹਾਂ? ਸ਼ਸਤਰ ਨੂੰ। ਫਿਰ ਇਹਦੇ 'ਚ ਗਲਤ ਕੀ ਹੈ? ਮੱਥਾ ਤਾਂ ਟੇਕਣਾ ਚਾਹੀਦਾ। ਇੱਕ ਨਿਸ਼ਾਨ ਸਾਹਿਬ ਨੂੰ ਬਚਾਉਣ ਲਈ 6ਵੇਂ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਬਹੁਤ ਜ਼ਿਆਦਾ ਸ਼ਹੀਦੀਆਂ ਹੋਈਆਂ ਨੇ, ਲੱਖਾਂ ਦੀ ਗਿਣਤੀ ਵਿੱਚ ਸ਼ਹੀਦੀਆਂ ਹੋਈਆਂ ਨੇ। ਹੁਣ ਵੀ ਨਿਸ਼ਾਨ ਸਾਹਿਬ ਜਿੱਥੇ ਖੜਾ ਹੋਊਗਾ, 5 ਸਿੰਘ ਤਾਂ ਘੱਟੋ ਘੱਟ ਸ਼ਹੀਦ ਕੋਲ ਖੜੇ ਹੁੰਦੇ ਨੇ। ਨਿਸ਼ਾਨ ਸਾਹਿਬ ਦੀ ਸ਼ਾਨ ਨੂੰ ਬਰਕਰਾਰ ਰੱਖਣ ਵਾਸਤੇ ਮਹਾਂਪੁਰਖਾਂ ਦੇ ਬਚਨ ਨੇ, ਜੋ ਕੋਈ 40 ਦਿਨ ਨਿਸ਼ਾਨ ਸਾਹਿਬ ਦਾ ਥੜਾ ਧੋ ਦੇਵੇ ਕੱਚੀ ਲੱਸੀ ਦੇ ਨਾਲ, ਨਿਸ਼ਾਨ ਸਾਹਿਬ ਦੀ ਸਫਾਈ ਕਰ ਦੇਵੇ, ਫੁੱਲਾਂ ਨਾਲ ਸਜਾ ਦਿਓ, ਸਤਿਕਾਰ ਕਰੋ, ਤੁਹਾਨੂੰ ਪਤਾ ਲੱਗ ਜਾਏਗਾ ਅਸੀਂ ਸੇਵਾ ਕੀਤੀ ਹੈ। ਮਨ ਨੂੰ ਸ਼ਾਂਤੀ ਮਿਲੇਗੀ, ਸਕੂਨ ਮਿਲੇਗਾ। ਤੁਸੀਂ ਆਪ ਕਰਕੇ ਵੇਖ ਲਿਓ। ਜਦੋਂ ਤੱਕ ਦੇਸ਼ ਦਾ ਝੰਡਾ ਖੜਾ, ਉਦੋਂ ਤੱਕ ਦੇਸ਼ ਜਿੱਤਿਆ ਹੋਇਆ। ਜਦੋਂ ਝੰਡਾ ਡਿੱਗ ਗਿਆ, ਦੇਸ਼ ਹਾਰ ਗਿਆ। ਜੇ ਕੋਈ ਬਿਮਾਰੀ ਖਹਿੜਾ ਨਹੀਂ ਛੱਡਦੀ, ਕੰਮ ਸਿਰੇ ਨਹੀਂ ਲੱਗਦਾ, ਪਰੇਸ਼ਾਨੀਆਂ ਬਹੁਤ ਨੇ, ਤਾਂ 40 ਦਿਨ ਨਿਸ਼ਾਨ ਸਾਹਿਬ ਦੀ ਸੇਵਾ ਕਰ ਲਿਓ, ਤੁਹਾਡੇ ਸਾਰੇ ਕੰਮ ਚੱਲ ਪੈਣਗੇ, ਅੜੇ ਕੰਮ ਚੱਲ ਪੈਣਗੇ। ਗੁਰੂ ਘਰ ਦੀ ਪਹਿਚਾਣ ਹੀ ਨਿਸ਼ਾਨ ਸਾਹਿਬ ਤੋਂ ਹੁੰਦੀ ਹੈ। ਕਈ ਵਾਰ ਦੇਖਦੇ ਹਾਂ, ਕਿਤੇ ਵੀ ਜਾਂਦੇ ਹੋਈਏ, ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਦਿਖਦਾ, ਜਿਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇੱਥੇ ਗੁਰਦੁਆਰਾ ਸਾਹਿਬ ਹੈ। ਫਿਰ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ ਗਲਤ ਕਿੱਥੇ ਵੇ? ਇਹ ਗੁਰੂ ਦਾ ਸ਼ਸਤਰ ਹੈ, ਇਸ ਨੂੰ ਵੀ ਸ਼ੀਸ਼ ਝੁਕਾਉਣਾ ਚਾਹੀਦਾ।